2022 ਦੇ ਅਖੀਰ ਮਹੀਨੇ ਦਸੰਬਰ ਦੇ ਵਿੱਚ ਅਮਰੀਕਾ 'ਚ ਬੇਰੋਜ਼ਗਾਰੀ ਪਿਛਲੇ 50 ਸਾਲਾਂ ਦੇ ਹਿੰਟਲੇ ਪੱਧਰ ਤੇ ਪਹੁੰਚ ਗਈ ਹੈ ਜਿਸ ਤੋਂ ਕੋਵਿਡ-19 ਮਹਾਮਾਰੀ ਦੇ ਮਾੜੇ ਸਮੇਂ 'ਚੋ ਅਰਥ ਵਿਵਸਥਾ ਦੇ ਉੱਭਰਨ ਦਾ ਸਪਸ਼ਟ ਸੰਕੇਤ ਮਿਲਦਾ ਹੈ ਹਾਲਾਂਕਿ ਮਹਿੰਗਾਈ ਦੀ ਮਾਰ ਅਮਰੀਕੀਆਂ ਨੂੰ ਅਜੇ ਵੀ ਸਹਣੀ ਪੈ ਰਹੀ ਹੈ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਨਵੀਂ ਰੋਸਗਾਰ ਰਿਪੋਰਟ ਉੱਪਰ ਖੁਸ਼ੀ ਪ੍ਰਗਟ ਕਰਦੇ ਹਨ ਕਿ ਇਹ ਰਿਪੋਰਟ ਸਾਡੀ ਅਰਥ ਵਿਵਸਥਾ ਵਾਸਤੇ ਬਹੁਤ ਵੱਡੀ ਖਬਰ ਹੈ ਤੇ ਇਹ ਇੱਕ ਬਹੁਤ ਸਬੂਤ ਹੈ ਹੋਰ ਤਰੀਕੇ ਦਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਾਡੀ ਆਰਥਿਕ ਯੋਜਨਾ ਕੰਮ ਕਰ ਰਹੀ ਹੈ ਅਸੀਂ ਹਾਲੀ ਦੇ ਵਿਕਾਸ ਦੇ ਦੋ ਮਜ਼ਬੂਤ ਸਾਲ ਪੂਰੇ ਕੀਤੇ ਨੇ ਅਸੀਂ ਇੱਕ ਨਿਗਰ ਤੇ ਸਥਿਰ ਵਿਕਾਸ ਨੂੰ ਵੇਖ ਰਹੇ ਹਾਂ ਜਿਸ ਤੇ ਕੱਲ ਮੈਂ ਕਈ ਮਹੀਨਿਆਂ ਤੋਂ ਕਰਦਾ ਆ ਰਿਹਾ ਰਾਸ਼ਟਰਪਤੀ ਨੇ ਸੁਚੇਤ ਕਰਦੇ ਹਾਂ ਕਿ ਆਕੇ ਅਜੇ ਸੇ ਮਹਿੰਗਾਈ ਨੂੰ ਘਟ ਕਰਨ ਦੇ ਲਈ ਕੰਮ ਕਰਨਾ ਤੇ ਵਧੀਆਂ ਲਾਗਤਾਂ ਚੱਲ ਰਹੇ ਅਮਰੀਕੀਆਂ ਦੀ ਮਦਦ ਕਰਨੀ ਹੈ ਕੀਰਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਨਵੰਬਰ ਦੇ ਵਿੱਚ ਖਤਮ ਹੋਏ 12 ਮਹੀਨਿਆਂ ਦੇ ਦੌਰਾਨ ਮੁਦਰਾ ਪਸਾਰ ਦੇ ਦਰ 7.1 ਫੀਸਦੀ ਰਹੀ ਮੁਦਰਾ ਪਸਾਰ ਦੀ ਨਵੀਂ ਦਰ ਜਨਵਰੀ ਦੇ ਅਖੀਰ ਚੋਂ ਦੀ